ਦੇਖੋ ਦੋ ਗੋਰਮਾਂ ਨੇ ਜਿਹੜਾ ਫੈਸਲਾ ਕੀਤਾ ਹੈਗਾ, ਅਸੀਂ ਜਿਹੜਾ ਸ਼ੰਭੂ ਤੋਂ ਵੱਡਾ ਜੱਥਾ ਲੈ ਕੇ ਤੁਰ ਰਹੇ ਹਾਂ ਪਟਿਆਲੇ ਵੱਲ, ਜਿਹੜਾ ਮੇਨ ਚੰਡੀਗੜ੍ਹ ਜਾਂਦਾ ਪਟਿਆਲਾ ਹਾਈਵੇ, ਇੱਕ ਸਰਹੰਦ ਵਾਲੇ ਪਾਸੋਂ ਵੀ ਅਸੀਂ ਜਾਵਾਂਗੇ ਉੱਧਰੋਂ, ਇੱਕ ਸੰਗਰੂਰ ਵਾਲੇ ਪਾਸੋਂ ਉੱਧਰੋਂ ਵੀ, ਇੱਕ ਖਨੌਰੀ ਬਾਰਡਰ ਤੋਂ ਸਾਡਾ ਵੀ ਜੱਥੇ ਵੱਡੇ ਲੈ ਕੇ ਅਸੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰਨ ਵਾਸਤੇ ਜਾਣਾ ਵਾ। ਅਤੇ ਸਵਾਲ ਤਾਂ ਉਹ ਹੈਗੇ ਆ ਵੀ ਇਸ ਨੈਸ਼ਨਲ ਹਾਈਵੇ ਦੇ ਉੱਤੇ ਦੀਵਾਰਾਂ ਕੱਢ ਕੇ ਕਿਉਂ ਰੋਕਿਆ ਗਿਆ, ਜਾਂ ਕਿਹੜਾ ਕਾਨੂੰਨ ਕਹਿੰਦਾ ਵੀ ਦੀਵਾਰਾਂ ਕੱਢੀਆਂ ਜਾਣ, ਜਾਂ ਸਾਡੇ 'ਤੇ ਜਿਵੇਂ ਜਬਰ ਕੀਤਾ ਰਬੜ ਦੀਆਂ ਗੋਲੀਆਂ, SLR ਦੀ ਬੁਲਟ, 12 ਬੋਰ ਦੀ ਬੁਲਟ, ਹੰਝੂ ਗੈਸ ਔਰ ਬਹੁਤ ਸਾਰਾ ਹੋਰ ਜਬਰ ਜਿਹੜਾ ਇਹਨਾਂ ਬਾਰਡਰਾਂ 'ਤੇ ਹੋਇਆ ਹੈਗਾ। ਸ਼ਹੀਦ ਸੁਭਕਰਨ ਜੀ ਦਾ ਸਵਾਲ ਹੈਗਾ ਕੀ ਕਾਨੂੰਨ ਸੀਗਾ, ਜਾਂ ਦੇਸ਼ ਦੀ ਰਾਜਧਾਨੀ ਵਿੱਚ ਅਸੀਂ ਕਿਉਂ ਨਹੀਂ ਜਾ ਕੇ ਪ੍ਰਦਰਸ਼ਨ ਕਰ ਸਕਦੇ, ਲਖੀਮਪੁਰ ਖਰੀਦਾਰ ਸਾਹਿਬ ਕਿਉਂ ਨਹੀਂ ਦਿੱਤਾ, ਉਹਨਾਂ ਨੂੰ ਟਿਕਟਾਂ ਕਿਉਂ ਦੇ ਕੇ ਨਵਾਜਿਆ ਗਿਆ ਹੈਗਾ। ਇਦੋਂ ਗਾਹਾਂ MSP ਲੀਗਲ ਗਰੰਟੀ ਕਾਨੂੰਨ, ਉਹਨਾਂ ਨੇ ਚਿੱਠੀ ਲਿਖੀ ਸੀ ਕਿਸਾਨੀਆਂ ਦਾ ਵਾਅਦਾ, ਉਹ ਪੂਰਾ ਕਿਉਂ ਨਹੀਂ ਕਰ ਦਿੱਤਾ ਗਿਆ। ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਵੀ ਉਹਨਾਂ ਦੀ ਆਪ ਦੀ ਗੱਲ ਹੈਗੀ ਆ। ਔਰ ਇਦੋਂ ਗਾਹਾਂ ਅਸੀਂ ਮਜ਼ਦੂਰਾਂ ਵਾਸਤੇ 200 ਦਿਨ ਰੁਜ਼ਗਾਰ, 700 ਰੁਪਈਆ ਦਿਹਾੜੀ, ਔਰ ਇਹਦੇ ਨਾਲ WTO ਤੋਂ ਭਾਰਤ ਬਾਹਰ ਆ। ਦੇਖੋ ਇਸ ਵੇਲੇ ਸੰਜੀਦਗੀ ਇਹ ਆ ਕਿ ਵਰਲਡ ਵਾਈਡ ਮੌਸਮ 'ਚ ਬਹੁਤ ਖਰਾਬੀ ਆ ਰਹੀ ਆ। ਦੇਖੋ ਜਦੋਂ ਮੌਸਮ ਤਬਦੀਲੀ ਆਉਂਦੀ ਆ ਤਾਂ ਕਿਸਾਨਾਂ 'ਤੇ ਬਹੁਤ ਪ੍ਰਭਾਵ ਪੈਂਦੇ ਆ। ਅਸੀਂ ਇਹਦੇ ਵਿੱਚ ਬੜੇ ਜ਼ੋਰ ਨਾਲ ਰੱਖ ਰਹੇ ਹਾਂ ਵੀ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ 'ਤੇ ਕਰਕੇ ਦੇਵੇ। ਇਹ ਸਵਾਲ ਸੀਗੇ ਸਾਡੇ ਉਹਨਾਂ 'ਤੇ। ਆਦਿਵਾਸੀਆਂ ਦਾ ਜਿਹੜੀ 5ਵੀਂ ਸੰਵਿਧਾਨ ਦੀ ਸੂਚੀ ਆ ਉਹਨੂੰ ਲਾਗੂ ਕਰਨ ਦੀ ਮੰਗ ਹੈਗੀ ਆ ਸਾਡੀ। ਤੋ ਇਹ ਅਜਿਹੇ ਸਵਾਲ ਸੀਗੇ 11 ਵਾਰਾਂ ਜਿਹੜੇ ਅਸੀਂ ਕਰਨਾ ਚਾਹੁੰਦੇ ਸੀ। ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਜੀ ਹੁਣ ਵੀ ਮੰਨ ਜਾਣ। ਔਰ ਦੁਨੀਆ ਵਿੱਚ ਇਹ ਕਿਹਾ ਜਾਂਦਾ ਵੀ ਹੈਲਦੀ ਔਰ ਸਭ ਤੋਂ ਵੱਡੀ ਦੁਨੀਆ ਦੀ ਡੈਮੋਕ੍ਰੇਸੀ ਆ ਭਾਰਤ, ਇਹ ਤਾਂ ਹੀ ਸੱਚ ਸਾਬਤ ਹੋਊ ਜੇ ਸਾਡੇ ਨਾਲ ਬਹਿ ਕੇ ਨਿਬੇੜ ਲੈਣ ਸਵਾਲਾਂ ਦੇ ਜਵਾਬ ਦਿੰਦਾ। ਅਸੀਂ ਫਿਰ ਵਿਰੋਧ ਵੀ ਅਸੀਂ ਕਰਦੇ ਸੀ ਕਿ ਅਸੀਂ ਨਹੀਂ ਵਿਰੋਧ ਕਰਾਂਗੇ, ਪ੍ਰਧਾਨ ਮੰਤਰੀ ਜੀ ਬਹਿ ਜਾਣ, ਸਵਾਲ ਜਵਾਬ ਹੋ ਜਾਣ, ਫਿਰ ਜੋ ਮਰਜ਼ੀ ਜਵਾਬ ਦੇ ਅਸੀਂ ਵਿਰੋਧ ਨਹੀਂ ਕਰਾਂਗੇ। ਬਾਕੀ ਫਿਰ ਠੀਕ ਆ, ਦੇਖਦੇ ਹਾਂ ਕੀ ਬਣਦਾ ਇਹ ਤੋਂ। ਚੱਲ ਜੀ, ਪ੍ਰਸ਼ਾਸਨ ਵੱਲੋਂ ਵੀ ਬੜੇ ਪ੍ਰਬੰਧ ਕੀਤੇ ਹੋਏ ਹੈਗੇ ਆ ਸਰ। ਹਾਂ ਦੇਖੋ, ਪ੍ਰਸ਼ਾਸਨ ਪ੍ਰਬੰਧ ਕਰੇ ਤਾਂ ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ। ਸਾਡੇ ਵੱਲੋਂ ਅਸੀਂ ਇੱਦਾਂ ਨਹੀਂ ਐਲਾਨ ਕੀਤਾ ਪ੍ਰਧਾਨ ਮੰਤਰੀ ਜੀ ਦੀ ਰੈਲੀ ਨਹੀਂ ਹੋਣ ਦੇਣੀ, ਇਹ ਵੀ ਨਹੀਂ ਅਸੀਂ ਐਲਾਨ ਕਰ ਰਹੇ ਵੀ ਕੋਈ ਉੱਥੇ ਜਾ ਕੇ ਵਿੱਚ ਵੜਨਾ ਰੈਲੀ ਦੇ। ਸਾਡਾ ਤਾਂ ਸਿੱਧਾ ਜਿਹਾ ਸਵਾਲ ਹੈ, ਵੱਡੇ ਜਥੇ ਲੈ ਕੇ ਪਟਿਆਲੇ ਵੱਲ ਨੂੰ ਜਾਣਾ ਔਰ ਉਹਨਾਂ ਕੋਲ ਸਵਾਲਾਂ ਦੇ ਜਵਾਬ ਲੈਣੇ। ਅਗਰ ਪੁਲਿਸ ਰਸਤੇ 'ਚ ਰੋਕਦੀ ਹੈਗੀ ਆ ਫਿਰ ਸਰ? ਦੇਖਦੇ ਹਾਂ, ਸਾਡੀ ਟੀਮ ਸਾਰੀ ਨਾਲ ਆ, ਮੌਕੇ 'ਤੇ ਪਹੁੰਚਾਵਾਂਗੇ ਕਿਵੇਂ।